ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਬਿਗੜ ਚੁੱਕੀ ਹੈ ਪਹਿਲੇ ਨੰਬਰ ਤੇ ਦਿੱਲੀ ਹੈ ਦੂਜੇ ਨੰਬਰ ਤੇ ਗਾਜ਼ੀਆਬਾਦ ਤੇ ਦਿੱਲੀ ਐਨਸੀਆਰ ਦੇ ਕਈ ਇਲਾਕਿਆਂ ਦੇ ਵਿੱਚ 300 ਦੇ ਪਾਰ 에ਅਰ ਕੁਆਲਿਟੀ ਇੰਡੈਕਸ ਜੜਾਇ ਚਲਾ ਚੁੱਕਿਆ ਹੈ ਜਿasse ਕਿ ਗਾਜ਼ੀਆਬਾਦ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 324 ਦੇ ਕਰੀਬ ਹੈ 312 AQI ਦੇ ਨਾਲ ਤੀਜੇ ਨੰਬਰ ਤੇ ਗਰੇਟਰ ਨੋਇਡਾ ਹੈ ਆਨੰਦ ਵਿਹਾਰ ਦੇ ਵਿੱਚ 250 ਦੇ ਕਰੀਬ ਦਾ AQI ਦਰਜ ਕੀਤਾ ਗਿਆ ਹੈ ਇਹ ਤਸਵੀਰਾਂ ਅਖਰਤਾਂੰਦੀਆ ਦਿੱਲੀ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜੁਥੇ ਕਿ 에어 ਕੁਆਲਿਟੀ ਇੰਡੈਕਸ ਦੇ ਵਿੱਚ ਦਿੱਲੀ ਜੁੜੀ ਹੈ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ 에어 ਕੁਆਲਿਟੀ ਇੰਡੈਕਸ ਦੇ ਵਿੱਚ ਦਰਜ ਕੀਤੀ ਗਈ ਹੈ ਪਹਿਲੇ ਨੰਬਰ ਤੇ ਦਿੱਲੀ ਹੈ ਦੂਜੇ ਨੰਬਰ ਤੇ ਗਾਜ਼ੀਆਬਾਦ ਹੈ ਤੇ ਤੀਜੇ ਨੰਬਰ ਤੇ ਗ੍ਰੇਟਰ ਨੋਇਡਾ ਜੁੜਾ ਹੈ ਦਰਜ ਕੀਤਾ ਗਿਆ ਹੈ ਦੱਸ ਦੇ ਕਿ ਦੀਵਾਲੀ ਤੋਂ ਪਹਿਲਾਂ ਹੀ ਹਵਾ ਦੇ ਵਿੱਚ ਇੰਨਾ ਜ਼ਿਆਦਾ ਪ੍ਰਦੂਸ਼ਣ ਜੁੜਾ ਹੈ ਮਾਪਿਆ ਗਿਆ ਹੈ ਦੀਵਾਲੀ ਤੋਂ ਬਾਅਦ ਦੀਆਂ ਤਸਵੀਰਾਂ ਵੇਖਣ ਦੇ ਵਿੱਚ ਕਿੰਨੇ ਖਤਰਨਾਕ ਹੁੰਗੀਆਂ ਦੇਖਣ ਵਾਲਾ ਹੋਵੇਗਾ